ਮੈਨੂੰ ਪਹਿਲਾਂ ਲੈਟਰ ਤਾਂ ਬਾਅਦ ਚੋਂ ਆਈ, ਪਹਿਲਾਂ ਮੈਨੂੰ ਫੈਡੈਕਸ ਵੱਲੋਂ ਕਾਲ ਆਈ ਸੀਗੀ ਕਿ ਕਹਿੰਦੇ ਸੀ ਤੁਹਾਡਾ ਇੱਕ ਕੋਰੀਅਰ ਸਾਡੇ ਨਾ ਡਿਊਟੀ ਦੇ ਵਿੱਚ ਸਟੋਪ ਹੋਇਆ ਹੋਇਆ ਵੀ, ਜਿਹਦੇ ਕਰਕੇ ਤੁਹਾਨੂੰ ਵੀ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਵੀ ਤੁਹਾਡਾ ਜਿਹੜਾ ਕੋਰੀਅਰ ਹੈਗਾ। ਮੈਂ ਕਿਹਾ ਮੇਰਾ ਵੀ ਇੱਦਾਂ ਦਾ ਕੋਈ ਕੋਰੀਅਰ ਨਹੀਂ ਹੈਗਾ। ਕਹਿੰਦੇ ਬੋਂਬੇ ਤੋਂ ਵੀ ਕਿਸੇ ਹੋਰ ਕੰਟਰੀ ਜਾ ਰਿਹਾ ਸੀਗਾ, ਤੁਹਾਡਾ ਕੋਈ ID ਯੂਜ਼ ਕਰ ਰਿਹਾ ਵੀ ਉੱਥੇ ਕੋਰੀਅਰ ਟ੍ਰਾਂਸਫਰ ਕਰਨ ਦੇ ਲਈ। ਮੈਂ ਕਿਹਾ ਇੱਦਾਂ ਹੋ ਨਹੀਂ ਸਕਦਾ ਕਿਉਂਕਿ ਮੇਰੀ ID ਵੀ ਇੱਦਾਂ ਕੋਈ ਮੈਂ ਕਿਸੇ ਨੂੰ ਕਿਹੜਾ ਦਿੱਤੀ ਹੋਈ ਆ। ਅਤੇ ਫਿਰ ਕਹਿੰਦੇ ਵੀ ਜਿਹੜਾ ਸਾਨੂੰ ਕੋਰੀਅਰ ਮਿਲਿਆ ਆ, ਕੋਰੀਅਰ ਦੇ ਵਿੱਚ ਇਲੀਗਲ ਲੈਪਟੋਪਸ, ਇਲੀਗਲ ID ਅਤੇ ਕੁਛ ਡਰੱਗ ਕੰਟੈਂਟਸ ਮਿਲੇ ਨੇ, ਜਿਹਦੇ ਕਰਕੇ ਉਹ ਡਿਊਟੀ ਦੇ ਵਿੱਚ ਸਟੋਪ ਹੋਇਆ ਹੋਇਆ ਆ। ਅਤੇ ਫਿਰ ਮੈਂ ਉਸ ਟਾਈਮ ਘਬਰਾ ਗਿਆ, ਮੈਂ ਕਿਹਾ ਵੀ ਇੱਦਾਂ ਦਾ ਮੇਰਾ ਕੋਈ ਹੈ ਨਹੀਂ ਗਾ ਕਿ ਮੈਂ ਕਿਸੇ ਨੂੰ ਕੋਈ ਵੀ ਕੋਈ ਸ਼ਰਾਰਤ ਕਰ ਰਿਹਾ ਹੋਊਗਾ। ਫਿਰ ਉਹ ਕਹਿੰਦੇ ਵੀ ਅਸੀਂ ਨਾ ਵੀ ਫਿਰ ਉਹਨਾਂ ਨੇ ਮੇਰੇ ਤੋਂ ਨਾਮ ਵਗੈਰਾ ਮੇਰਾ ਫਿਰ ਕਨਫਰਮ ਕੀਤਾ, ਮੇਰੀ ਲੋਕੇਸ਼ਨ ਕਨਫਰਮ ਕੀਤੀ ਵੀ ਮੈਂ ਕਿੱਥੋਂ ਬੋਲ ਰਿਹਾ ਹਾਂ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਨਾ ਤੁਹਾਡੀ ਕੰਪਲੇਂਟ ਲੌਕ ਕਰ ਦਿੰਦੇ ਹਾਂ। ਫਿਰ ਉਹਨਾਂ ਨੇ ਫਿਰ ਮੈਨੂੰ ਆਹ ਲੈਟਰ ਭੇਜੀ ਸੀਗੀ। ਦੋ ਮਿੰਟ ਦੇ ਵਿੱਚ ਰਿਪਲਾਈ ਆਇਆ ਵੀ ਉੱਥੇ ਮੁੰਬਈ ਦੇ ਵਿੱਚ ਇਲੀਗਲ ਬੈਂਕ ਅਕਾਊਂਟਸ ਵੀ ਚੱਲ ਰਹੇ ਨੇ, ਜੋ ਕਿ ਉਹ ਕਹਿੰਦੇ ਵੀ ਇਸੇ ਪਾਰਟਨਰਸ਼ਿਪ ਦੇ ਵਿੱਚ ਜੋ ਜਿਹੜਾ ਇਹਨਾਂ ਨੇ ਬੰਦਾ ਫੜਿਆ ਸੀ ਉਹੀ ਇਹ ਪਾਰਟਨਰਸ਼ਿਪ ਦੇ ਵਿੱਚ ਯੂਜ਼ ਕਰ ਰਿਹਾ ਸੀਗਾ ਅਕਾਊਂਟਸ। ਫਿਰ PNB ਬੈਂਕ ਦੇ ਵਿੱਚ ਮੈਂ ਆਪਣੀ ਐਪ ਦੇ ਵਿੱਚ ਬੈਨੀਫਿਸ਼ਰੀ ID ਉਹਨਾਂ ਦੀ ਐਡ ਕੀਤੀ, ਤਾਂ ਫਿਰ ਜਦੋਂ ਐਡ ਕੀਤਾ ਤਾਂ ਫਿਰ ਉੱਥੇ ਨਾਮ ਸ਼ੋ ਹੋ ਰਿਹਾ ਸੀ ਕਿ ਪੰਜਾਬ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ। ਅੱਜ ਕੱਲ੍ਹ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿ ਕਿਸੇ ਦੇ ਨਾਲ ਸਕੈਮ ਹੋ ਗਿਆ, ਸਾਡੇ ਪੈਸੇ ਲੁੱਟੇ ਗਏ, ਸਾਡੇ ਆਟੋਮੈਟਿਕਲੀ ਬੈਂਕ ਦੇ ਵਿੱਚੋਂ ਪੈਸੇ ਕੱਟੇ ਗਏ, ਜਾਂ ਕਿਸੇ ਨੇ ਸਾਡੀ ID ਹੈਕ ਕਰ ਲਈ, ਬੈਂਕ ਅਕਾਊਂਟ ਹੈਕ ਕਰ ਲਿਆ। ਉਹੀ ਚੀਜ਼ ਅੱਜ ਇਸ ਲੜਕੇ ਦੇ ਨਾਲ ਹੋਈ ਹੈ, ਮਨਰਾਜ ਸਿੰਘ ਇਸਦਾ ਨਾਮ ਹੈ। ਮੁੰਬਈ ਤੋਂ ਕਾਲ ਆਉਂਦੀ ਹੈ ਕਿ ਬਈ ਤੁਸੀਂ ਕੁਛ ਸਮਗਲਿੰਗ ਕਰ ਰਹੇ ਹੋ, ਤੁਹਾਡੀ ਜਿਹੜੀ ਹੈ ID ਹੈ ਜਿਹੜੀ ਉਹ ਯੂਜ਼ ਕੀਤੀ ਜਾ ਰਹੀ ਹੈ ਨਸ਼ੇ ਟ੍ਰਾਂਸਫਰ ਕਰਨ ਦੀ। ਤਾਂ ਅਗਲਾ ਬੰਦਾ ਘਬਰਾ ਗਿਆ। ਹੁਣ ਜਦੋਂ ਬੰਦਾ ਘਬਰਾ ਜਾਂਦਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਗਲਤੀਆਂ ਕਰ ਦਿੰਦਾ, ਜਿਸ ਦੇ ਵਿੱਚ ਭਾਜੀ ਨੇ ਵੀ ਗਲਤੀ ਕਰ ਦਿੱਤੀ। ਗੱਲ ਕਰਦੇ ਇਹਨਾਂ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਤਕਰੀਬਨ 33,000 ਰੁਪਇਆ ਜਿਹੜਾ ਆ ਟ੍ਰਾਂਸਫਰ ਕਰ ਦਿੱਤਾ ਗਿਆ ਇਹਨਾਂ ਦੇ ਵੱਲੋਂ, ਤੇ ਅੱਜ ਇਹ ਉਸ 33,000 ਰੁਪਏ ਨੂੰ ਗਵਾ ਕੇ ਬਹਿ ਗਏ ਨੇ। ਗੱਲ ਕਰਦੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਤੁਸੀਂ? ਹਾਂਜੀ ਠੀਕ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਆਹ ਤੁਹਾਡੀ ਸਾਰਾ ਡਾਕੂਮੈਂਟਸ ਨੇ, ਆਹ ਲੈਟਰ ਆਈ, ਹਾਂਜੀ ਦੱਸੋ ਜਰਾ। ਮੈਨੂੰ ਪਹਿਲਾਂ ਲੈਟਰ ਤਾਂ ਬਾਅਦ ਚੋਂ ਆਈ, ਪਹਿਲਾਂ ਮੈਨੂੰ ਫੈਡੈਕਸ ਵੱਲੋਂ ਕਾਲ ਆਈ ਸੀਗੀ। ਅੱਛਾ। ਕਹਿੰਦੇ ਸੀ ਤੁਹਾਡਾ ਇੱਕ ਕੋਰੀਅਰ ਸਾਡੇ ਨਾ ਡਿਊਟੀ ਦੇ ਵਿੱਚ ਸਟੋਪ ਹੋਇਆ ਹੋਇਆ ਵੀ, ਜਿਹਦੇ ਕਰਕੇ ਤੁਹਾਨੂੰ ਵੀ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਵੀ ਤੁਹਾਡਾ ਜਿਹੜਾ ਕੋਰੀਅਰ ਹੈਗਾ। ਮੈਂ ਕਿਹਾ ਮੇਰਾ ਵੀ ਇੱਦਾਂ ਦਾ ਕੋਈ ਕੋਰੀਅਰ ਨਹੀਂ ਹੈਗਾ। ਕਹਿੰਦੇ ਬੋਂਬੇ ਤੋਂ ਵੀ ਕਿਸੇ ਹੋਰ ਕੰਟਰੀ ਜਾ ਰਿਹਾ ਸੀਗਾ, ਕਿਸੇ ਹੋਰ ਕੰਟਰੀ ਜਾ ਰਿਹਾ। ਹਾਂਜੀ ਹਾਂਜੀ। ਤੇ ਫਿਰ ਮੈਂ ਕਿਹਾ ਮੈਂ ਤਾਂ ਬੋਂਬੇ ਵੈਸੇ ਵੀ ਨਹੀਂ ਰਹਿੰਦਾ, ਤੇ ਨਾ ਕੋਈ ਮੇਰਾ ਨੋਨ ਟੂ ਹੈਗਾ ਵੀ ਉੱਥੇ ਕੋਈ ਜਿਹੜਾ ਬੋਂਬੇ ਤੋਂ ਕੋਰੀਅਰ ਕਰ ਦੇਵੇ। ਫਿਰ ਕਹਿੰਦੇ ਤੁਹਾਡੇ ਨਾ ਤੁਹਾਡਾ ਕੋਈ ID ਯੂਜ਼ ਕਰ ਰਿਹਾ ਵੀ ਉੱਥੇ ਕੋਰੀਅਰ ਟ੍ਰਾਂਸਫਰ ਕਰਨ ਦੇ ਲਈ। ਮੈਂ ਕਿਹਾ ਇੱਦਾਂ ਹੋ ਨਹੀਂ ਸਕਦਾ ਕਿਉਂਕਿ ਮੇਰੀ ID ਵੀ ਇੱਦਾਂ ਕੋਈ ਮੈਂ ਕਿਸੇ ਨੂੰ ਕਿਹੜਾ ਦਿੱਤੀ ਹੋਈ ਆ। ਤੇ ਫਿਰ ਕਹਿੰਦੇ ਵੀ ਜਿਹੜਾ ਸਾਨੂੰ ਕੋਰੀਅਰ ਮਿਲਿਆ ਆ, ਕੋਰੀਅਰ ਦੇ ਵਿੱਚ ਇਲੀਗਲ ਲੈਪਟੋਪਸ, ਇਲੀਗਲ ID ਤੇ ਕੁਛ ਡਰੱਗ ਕੰਟੈਂਟਸ ਮਿਲੇ ਨੇ, ਜਿਹਦੇ ਕਰਕੇ ਉਹ ਡਿਊਟੀ ਦੇ ਵਿੱਚ ਸਟੋਪ ਹੋਇਆ ਹੋਇਆ ਆ। ਤੇ ਮੈਂ ਕਿਹਾ ਵੀ ਮੇਰਾ ਕੋਈ ਇੱਦਾਂ ਦਾ ਕੰਟੈਂਟ ਨਹੀਂ ਹੈਗਾ ਸੀਗਾ ਵੀ, ਨਾ ਮੈਂ ਵੀ ਕਦੇ ਕੋਈ ਬੋਂਬੇ ਤੋਂ ਕੋਈ ਪਾਰਸਲ ਭੇਜਿਆ ਆ, ਕਿਉਂਕਿ ਮੈਂ ਕਿਹਾ ਮੈਂ ਤਾਂ ਪੰਜਾਬ 'ਚ ਰਹਿਣ ਵਾਲਾ ਆ, ਵੀ ਮੈਨੂੰ ਨਹੀਂ ਕੋਈ ਬੋਂਬੇ ਦਾ ਪਤਾ ਹੈਗਾ ਵੀ ਕੀ ਹੈਗਾ ਕੀ ਨਹੀਂ। ਤੇ ਫਿਰ ਉਹ ਕਹਿੰਦੇ ਤੁਹਾਨੂੰ ਨਾ ਵੀ ਮੁੰਬਈ ਕ੍ਰਾਈਮ ਬ੍ਰਾਂਚ ਦੇ ਵਿੱਚ ਕੰਪਲੇਂਟ ਲੌਕ ਕਰਾਉਣੀ ਪੈਣੀ ਆ, ਕੋਈ ਤੁਹਾਡੀ ID ਯੂਜ਼ ਕਰ ਰਿਹਾ ਆ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਪਰ ਮੈਂ ਇੱਦਾਂ ਆ ਨਹੀਂ ਸਕਦਾ ਹੈਗਾ ਵੀ। ਕਹਿੰਦੇ ਫਿਰ ਸਾਡੇ ਕੋਲ ਆਨਲਾਈਨ ਆਪਸ਼ਨ ਹੈਗੀ ਆ ਵੀ ਮੈਂ ਆਪਣੀ ਕਾਲ ਇੱਥੋਂ ਹੀ ਟ੍ਰਾਂਸਫਰ ਕਰਵਾ ਦਿੰਦਾ ਤੁਹਾਨੂੰ ਮੁੰਬਈ ਕਾਲ, ਮੁੰਬਈ ਬ੍ਰਾਂਚ ਦੇ ਵਿੱਚ। ਤੇ ਮੈਂ ਕਿਹਾ ਠੀਕ ਆ, ਤੁਸੀਂ ਕਾਲ ਟ੍ਰਾਂਸਫਰ ਕਰਵਾ ਦਿਓ। ਫਿਰ ਉਹਨਾਂ ਨੇ ਜਦੋਂ ਕਾਲ ਟ੍ਰਾਂਸਫਰ ਕੀਤੀ ਤਾਂ ਫਿਰ ਅੱਗੋਂ ਮੁੰਬਈ ਕ੍ਰਾਈਮ ਬ੍ਰਾਂਚ ਤੋਂ ਬੋਲੇ ਵੀ ਅਸੀਂ ਵੀ ਇੱਦਾਂ ਮੈਂ ਆਫਿਸਰ ਬੋਲ ਰਹੇ ਹਾਂ। ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਉਂ ਕਾਲ ਕੀਤੀ ਆ। ਮੈਂ ਕਿਹਾ ਵੀ ਮੇਰਾ ਵੀ ਮੇਰੇ ਨਾਮ ਦੀ ਮੇਰਾ ਆਧਾਰ ਕਾਰਡ ਕੋਈ ਉੱਥੇ ਯੂਜ਼ ਕਰ ਰਿਹਾ ਵੀ ਪਾਰਸਲ ਡਿਲੀਵਰ ਕਰਨ ਦੇ ਲਈ ਕਿਸੇ ਹੋਰ ਕੰਟਰੀ ਦੇ ਵਿੱਚ। ਤੇ ਕਹਿੰਦੇ ਵੀ ਉਹਨਾਂ ਨੇ ਫਿਰ ਮੇਰੇ ਤੋਂ ਪਾਰਸਲ ਦੀ ਡਿਟੇਲਸ ਪੁੱਛੀਆਂ, ਜੋ ਕਿ ਮੈਨੂੰ ਪਿਛਲੇ ਜਿਹੜੇ ਕੋਰੀਅਰ ਵਾਲੇ ਸੀਗੇ ਉਹਨਾਂ ਨੇ ਪਾਰਸਲ ਦੀ ਡਿਟੇਲਸ ਦੱਸੀਆਂ ਵੀ ਜੋ ਉਹ 'ਚ ਲੈਪਟੋਪ ਮਿਲੇ, ਇਲੀਗਲ ID ਤੇ ਡਰੱਗ ਕੰਟੈਂਟਸ ਮਿਲੇ। ਤੇ ਫਿਰ ਮੈਂ
ਉਹਨਾਂ ਨੇ ਤੁਹਾਨੂੰ ਡਰਾਉਣ ਲਈ ਕਹਿਤਾ ਕਿ ਉਹਦੇ ਵਿੱਚ ਨਸ਼ੇ ਵਿਕਦੇ ਪਏ ਨੇ ਹਾਂਜੀ ਜਾਂ ਹਾਂਜੀ ਟ੍ਰਾਂਸਫਰ ਹੋ ਰਹੇ ਨੇ। ਹਾਂਜੀ ਡਰੱਗ ਕੰਟੈਂਟ ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਉਹਨਾਂ ਨੇ ਨਾਮ ਬੋਲਿਆ ਸੀ MDMA। ਮੈਂ ਫਿਰ ਉਹਨਾਂ ਨੂੰ ਮੈਨੂੰ ਤਾਂ ਪਤਾ ਨਹੀਂ ਸੀ ਵੀ ਕੀ ਹੁੰਦਾ ਹੈ। ਫਿਰ ਜਦੋਂ ਆਫਿਸਰ ਨੂੰ ਦੱਸਿਆ ਵੀ ਇੱਦਾਂ MDMA ਵੀ ਉੱਥੇ ਵੀ ਉਸ ਕੰਟੈਂਟ ਦੇ ਵਿੱਚ ਹੈਗਾ, ਕਹਿੰਦੇ ਉਹ ਡਰੱਗ ਕੰਟੈਂਟ ਹੁੰਦਾ ਆ ਵੀ ਇਲੀਗਲ ਡਰੱਗ ਹੈਗਾ ਇਹ। ਤੇ ਫਿਰ ਮੈਂ ਉਸ ਟਾਈਮ ਘਬਰਾ ਗਿਆ, ਮੈਂ ਕਿਹਾ ਵੀ ਇੱਦਾਂ ਦਾ ਮੇਰਾ ਕੋਈ ਹੈ ਨਹੀਂ ਗਾ ਵੀ ਮੈਂ ਕਿਸੇ ਨੂੰ ਕੋਈ ਵੀ ਕੋਈ ਸ਼ਰਾਰਤ ਕਰ ਰਿਹਾ ਹੋਊਗਾ। ਫਿਰ ਉਹ ਕਹਿੰਦੇ ਵੀ ਅਸੀਂ ਨਾ ਵੀ ਫਿਰ ਉਹਨਾਂ ਨੇ ਮੇਰੇ ਤੋਂ ਨਾਮ ਵਗੈਰਾ ਮੇਰਾ ਫਿਰ ਕਨਫਰਮ ਕੀਤਾ, ਮੇਰੀ ਲੋਕੇਸ਼ਨ ਕਨਫਰਮ ਕੀਤੀ ਵੀ ਮੈਂ ਕਿੱਥੋਂ ਬੋਲ ਰਿਹਾ ਹਾਂ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਨਾ ਤੁਹਾਡੀ ਕੰਪਲੇਂਟ ਲੌਕ ਕਰ ਦਿੰਦੇ ਹਾਂ। ਫਿਰ ਉਹਨਾਂ ਨੇ ਫਿਰ ਮੈਨੂੰ ਆਹ ਲੈਟਰ ਭੇਜੀ ਸੀਗੀ ਵੀ ਸੈਂਟਰ ਬਿਊਰੋ ਵੱਲੋਂ ਇਨਵੈਸਟੀਗੇਸ਼ਨ ਦੀ ਵੀ ਆਈਡੈਂਟੀ ਥੈਫਟ ਤੇ ਮਨੀ ਲਾਂਡਰਿੰਗ ਦਾ ਵੀ ਤੁਹਾਡੇ ਚੱਲ ਰਿਹਾ ਆ। ਤੁਸੀਂ ਪਹਿਲਾਂ ਤਾਂ ਇਹ ਦੇਖ ਸਕਦੇ ਹੋ ਕਿ ਜਦੋਂ ਇਹਨਾਂ ਨੂੰ ਆਈ ਨਾ ਇਹ ਲੈਟਰ, ਤਾਂ ਇਹਦੇ ਵਿੱਚ ਐਂ ਲੱਗਦਾ ਸੀ ਕਿ ਐਕਚੁਅਲੀ ਜਿਹੜੀ ਹੈ ਬਿਲਕੁਲ ਕਿਸੇ ਸਰਕਾਰੀ ਅਧਿਕਾਰੀ ਦੇ ਵੱਲੋਂ ਇਹ ਭੇਜੀ ਗਈ ਹੈ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ। ਹਾਂਜੀ ਤੇ ਜਿਹੜੀ ਅਸੀਂ ਫੋਨ ਦੇ ਵਿੱਚ ਫੋਟੋਆਂ ਦੇਖੀਆਂ ਉਹ ਕਲਰਡ ਹੈ, ਐਂ ਲੱਗਦਾ ਕਿ ਕਿਸੇ ਨੇ ਵਾਕਈ ਕੋਈ ਜਿਹੜਾ ਇੰਸਪੈਕਟਰ ਹੈ ਜਾਂ ਕਿਸੇ ਮਹਿਕਮੇ ਦਾ ਬੰਦਾ ਹੈ, ਪਰ ਇਹ ਬਿਲਕੁਲ ਹੀ ਫੇਕ ਸੀ। ਇਹ ਨਹੀਂ ਪਤਾ ਕਿ ਉਹਨਾਂ ਨੇ ਕਿੱਦਾਂ ਬਣਾਈ, ਜਿਹੜੇ ਹੈਕਰਸ ਹੈ ਉਹ ਨਕਲੀ ਚੀਜ਼ਾਂ ਐਵੇਂ ਬਣਾ ਲੈਂਦੇ ਆ ਹੂ ਬਹੂ। ਆ ਦੇਖ ਸਕਦੇ ਤੁਸੀਂ, ਕੋਈ ਵੀ ਇਸਨੂੰ ਦੇਖੇਗਾ ਤਾਂ ਐਂ ਲੱਗੇਗਾ ਕਿ ਇਹ ਅਸਲੀ ਲੈਟਰ ਹੈ ਜਿਹੜੀ ਹੈ ਸਰਕਾਰ ਦੇ ਵੱਲੋਂ ਜਾਂ ਮੁਲਾਜ਼ਮ ਦੇ ਵੱਲੋਂ ਭੇਜੀ ਜਾ ਰਹੀ ਹੈ। ਅੱਛਾ, ਇਹ ਲੈਟਰ ਆਈ, ਇਸ ਤੋਂ ਬਾਅਦ ਤੁਸੀਂ ਕੀ ਕੀਤਾ ਫਿਰ? ਇਸ ਤੋਂ ਬਾਅਦ ਫਿਰ ਇਹਦੇ ਵਿੱਚ ਕੀ ਲਿਖਿਆ ਹੋਇਆ ਪਹਿਲਾਂ ਤਾਂ ਇਹ ਦੱਸੋ। ਇਹਦੇ ਵਿੱਚ ਲਿਖਿਆ ਹੋਇਆ ਵੀ ਜਿਹੜੀ ਮੇਰੀ ਆਈਡੀ, ਮੇਰਾ ਨਾਮ, ਮੇਰਾ ਆਧਾਰ ਕਾਰਡ ਤੇ ਵਿੱਚ ਵੀ ਜਿਹੜਾ ਯੂਜ਼ ਹੋ ਰਿਹਾ ਵੀ ਇਹਨਾਂ ਨੇ ਸਬਜੈਕਟ ਪਾਇਆ ਹੋਇਆ ਆਇਡੈਂਟੀ ਥੈਫਟ ਤੇ ਮਨੀ ਲਾਂਡਰਿੰਗ ਦੇ ਵਿੱਚ ਮੇਰੀ ਆਈਡੀ ਯੂਜ਼ ਹੋ ਰਹੀ ਆ, ਜੋ ਕਿ ਉਹਨਾਂ ਨੇ ਦੱਸਿਆ ਸੀਗਾ ਵੀ ਇੱਕ ਅਸੀਂ ਵੀ ਉੱਥੇ ਇੱਕ ਬੰਦਾ ਵੀ ਅਸੀਂ ਫੜਿਆ ਆ ਵੀ ਜੋ ਤੁਹਾਡੀ ਆਈਡੀ ਉੱਥੇ ਯੂਜ਼ ਕਰ ਰਿਹਾ ਸੀਗਾ ਵੀ ਉਹ ਕਹਿੰਦੇ ਸੀ ਆਹ ਫੋਟੋਆਂ ਤੁਹਾਡਾ। ਵੀ ਦਿਖਾਈਆਂ ਉਹਨਾਂ ਨੇ ਕਿ ਆਹ ਬੰਦੇ ਨੇ ਜਿਹੜੇ ਫੜੇ ਗਏ ਨੇ, ਇਹਨਾਂ ਨੇ ਇਹਨਾਂ ਦਾ ਨਾਮ ਲਿਆ ਕਿ ਤੁਸੀਂ ਇਹਨਾਂ ਦੇ ਨਾਲ ਰਲੇ ਹੋਏ ਹੋ, ਹਾਂਜੀ ਆਹ ਫੜਿਆ ਗਿਆ ਸਮਾਨ, ਇਸ ਤੋਂ ਇਲਾਵਾ ਆ ਲੈਟਰ ਹੋ ਗਈ ਤੇ ਆਹ ਜਿਹੜੀ ਤੁਸੀਂ ਚੈਟ ਹੈ ਜਿਹੜਾ ਮੁੰਬਈ ਸਾਈਬਰ ਕ੍ਰਾਈਮ, ਇਹ ਤੁਸੀਂ ਸੇਵ ਕੀਤਾ ਨੰਬਰ? ਨਹੀਂ, ਇਹ ਮੈਨੂੰ ਸਕਾਈਪ ਤੇ ਉਹਨਾਂ ਨੇ ਕਾਲ ਟ੍ਰਾਂਸਫਰ ਕਰਵਾਈ ਸੀ ਸਕਾਈਪ ਤੇ ਉੱਪਰ, ਇਹ ਉੱਥੇ ਉਹਨਾਂ ਨੇ ਮੈਨੂੰ ਸਾਰਾ ਡਾਟਾ ਭੇਜਿਆ। ਅੱਛਾ, ਸਕਾਈਪ ਦੇ ਉੱਤੇ ਤੁਸੀਂ ਉਹਨਾਂ ਦਾ ਡਾਟਾ, ਉਹਨਾਂ ਦਾ ਕਾਲ ਵਗੈਰਾ ਸਕਾਈਪ ਤੇ ਹੀ ਆਈ, ਕੋਈ ਫੋਨ ਨੰਬਰ ਐਦਾਂ ਨਹੀਂ ਹੈ ਤੁਹਾਡੇ ਕੋਲ? ਨਹੀਂ, ਪਹਿਲਾਂ ਫੋਨ ਨੰਬਰ ਤੇ ਕਾਲ ਸੀ, ਫੋਨ ਨੰਬਰ ਤੇ ਜਿਹੜੀ ਕਾਲ ਪਹਿਲਾਂ ਫੈਡੈਕਸ ਤੋਂ ਫਿਰ ਮੁੰਬਈ ਕ੍ਰਾਈਮ ਬ੍ਰਾਂਚ ਦੇ ਵਿੱਚ ਕਾਲ ਹੋਈ ਟ੍ਰਾਂਸਫਰ, ਮੁੰਬਈ ਕ੍ਰਾਈਮ ਬ੍ਰਾਂਚ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਅਸੀਂ ਨਾ ਆਪਣੇ ਸੀਨੀਅਰ ਨਾਲ ਕਨੈਕਟ ਕਰ ਰਹੇ ਹਾਂ ਤੁਹਾਨੂੰ ਸਕਾਈਪ ਦੇ ਉੱਪਰ, ਤੇ ਤੁਸੀਂ ਸਕਾਈਪ ਆਈਡੀ ਵੀ ਸਾਨੂੰ ਦੱਸ ਦਿਓ। ਤੇ ਉਹਨਾਂ ਨੇ ਜਦੋਂ ਸਕਾਈਪ ਆਈਡੀ ਤੇ ਕਨਫਰਮ ਕਰ ਦਿੱਤਾ ਮੈਨੂੰ ਵੀ ਉਹਨਾਂ ਨੇ ਮੇਰੇ ਤੋਂ ਡਿਟੇਲਸ ਮੰਗੀਆਂ ਵੀ ਆਪਣਾ ਲੋਕੇਸ਼ਨ ਤੇ ਆਪਣਾ ਆਈਡੀ ਦੁਬਾਰਾ ਸਾਨੂੰ ਸੈਂਡ ਕਰੋ, ਅਸੀਂ ਕਨਫਰਮ ਕਰਦੇ ਹਾਂ। ਫਿਰ ਜਦੋਂ ਸੀਨੀਅਰ ਆਫਿਸਰ ਕਨੈਕਟ ਹੋਏ ਤਾਂ ਫਿਰ ਉਦੋਂ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਫਿਰ ਮੇਰੇ ਤੋਂ ਦੁਬਾਰਾ ਕਨਫਰਮ ਕੀਤਾ ਵੀ ਤੁਹਾਨੂੰ ਪੁਰਾਣੇ ਆਫਿਸਰ ਨੇ ਸਾਰੀ ਡਿਟੇਲਸ ਦੱਸਤੀਆਂ ਵੀ ਤੁਹਾਡੇ ਨਾਮ ਤੇ ਮਨੀ ਲਾਂਡਰਿੰਗ ਤੇ ਆਈਡੈਂਟੀ ਤੁਹਾਡੀ ਵੀ ਆਈਡੀ ਯੂਜ਼ ਹੋ ਰਹੀ ਆ ਵੀ ਬੈਂਕ ਵੀ ਕੋਰੀਅਰ ਇਲੀਗਲ ਕੋਰੀਅਰਸ ਦੇ ਲਈ। ਤੇ ਫਿਰ ਮੈਂ ਕਿਹਾ ਹਾਂਜੀ ਵੀ ਇੱਦਾਂ ਹੋਇਆ ਉਹਨਾਂ ਨੇ। ਫਿਰ ਉਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਜਿਹੜਾ ਆਹ ਬੰਦਾ ਵੀ ਹੈਗਾ ਆ, ਇਹਨਾਂ ਨੇ ਫੋਟੋ ਭੇਜੀ ਸੀਗੀ ਵੀ ਤੁਸੀਂ ਇਹਨਾਂ ਨੂੰ ਜਾਣਦੇ ਹੋ? ਮੈਂ ਕਿਹਾ ਨਹੀਂ, ਮੈਂ ਤਾਂ ਪਹਿਲੀ ਵਾਰੀ ਦੇਖਿਆ ਕਦੇ ਵੀ, ਮੈਂ ਨਹੀਂ ਇਸ ਬਾਰੇ ਸੁਣਿਆ। ਕਹਿੰਦੇ ਵੀ ਇਹੀ ਤੁਹਾਡੀ ਆਈਡੀ ਯੂਜ਼ ਕਰ ਰਿਹਾ ਸੀਗਾ ਤੇ ਮਨੀ ਲਾਂਡਰਿੰਗ ਦੇ ਵਿੱਚ ਸੀਗਾ। ਫਿਰ ਉਹਨਾਂ ਨੇ ਮੇਰੇ ਤੋਂ ਆਧਾਰ ਕਾਰਡ ਨੰਬਰ ਕਨਫਰਮ ਕੀਤਾ ਮੇਰਾ ਦੁਆਰਾ, ਤੇ ਉਹਨਾਂ ਨੇ ਫਿਰ ਵਾਕੀ ਟੋਕੀ ਤੇ ਮੇਰਾ ਆਧਾਰ ਕਾਰਡ ਨੰਬਰ ਦੱਸਿਆ ਤੇ ਕਿਸੇ ਦੂਸਰੇ ਆਫਿਸਰ ਨੂੰ। ਤੇ ਫਿਰ ਉਹਨਾਂ ਉਧਰੋਂ 1-2 ਮਿੰਟ ਦੇ ਵਿੱਚ ਰਿਪਲਾਈ ਆਇਆ ਵੀ ਉੱਥੇ ਮੁੰਬਈ ਦੇ ਵਿੱਚ ਇਲੀਗਲ ਬੈਂਕ ਅਕਾਊਂਟਸ ਵੀ ਚੱਲ ਰਹੇ ਨੇ, ਜੋ ਕਿ ਉਹ ਕਹਿੰਦੇ ਵੀ ਇਸੇ ਪਾਰਟਨਰਸ਼ਿਪ ਦੇ ਵਿੱਚ ਜੋ ਜਿਹੜਾ ਇਹਨਾਂ ਨੇ ਬੰਦਾ ਫੜਿਆ ਸੀ ਉਹੀ ਇਹ ਪਾਰਟਨਰਸ਼ਿਪ ਦੇ ਵਿੱਚ ਯੂਜ਼ ਕਰ ਰਿਹਾ ਸੀਗਾ ਅਕਾਊਂਟਸ। ਮੈਂ ਕਿਹਾ ਵੀ ਉਸ ਟਾਈਮ ਤਾਂ ਮੇਰਾ ਕਾਫੀ ਜ਼ਿਆਦਾ ਬੁਰਾ ਹਾਲ ਹੋ ਗਿਆ ਵੀ ਮੈਂ ਕਿਹਾ ਵੀ ਇੱਦਾਂ ਦਾ ਕੋਈ ਯੂਜ਼ ਨਹੀਂ ਕਰ ਸਕਦਾ। ਫਿਰ ਮੈਂ ਹਾਂਜੀ ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਬੈਂਕ ਅਕਾਊਂਟਸ ਤਾਂ ਹੋ ਨਹੀਂ ਸਕਦੇ ਵੀ ਕੋਈ KYC ਵਗੈਰਾ ਚ, ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ KYC ਹੋ ਗਈ ਆ ਵੀ ਬਿਨਾਂ KYC ਤੋਂ ਬੈਂਕ ਅਕਾਊਂਟ ਓਪਨ ਹੋ ਨਹੀਂ ਸਕਦੇ। ਉਹ ਕਹਿੰਦੇ ਨਹੀਂ, ਜਿਹੜੇ ਆਪਣੇ ਬੈਂਕ ਦੇ ਓਪਰੇਟਰ ਸੀਗੇ ਨਾ ਉਹ ਵਿੱਚ ਨਾਲ ਇਹਨਾਂ ਦੇ ਨਾਲ ਰਲੇ ਹੋਏ ਸੀਗੇ ਤੇ ਅਸੀਂ ਉਹਨਾਂ ਦੇ ਉੱਪਰ ਇੰਕੁਆਇਰੀ ਕਰ ਰਹੇ ਹਾਂ। ਤੇ ਵੀ ਫਿਰ ਮੈਂ ਕਿਹਾ ਵੀ ਇਸ ਚੀਜ਼ ਦਾ ਕੀ ਹੋਊਗਾ? ਫਿਰ ਉਹਨਾਂ ਨੇ ਕਹਿੰਦੇ ਵੀ ਅਸੀਂ ਨਾ ਤੁਹਾਡੀ ਵੀ ਕੰਪਲੇਂਟ ਰਜਿਸਟਰ ਕਰ ਰਹੇ ਹਾਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਕੰਪਲੇਂਟ ਰਜਿਸਟਰ ਕਰਤੀ ਤੁਹਾਡੀ ਤੇ ਫਿਰ ਜਿੱਦਾਂ ਉਹ ਜਿਹੜੀ ਰਾਣੀ ਲੈਟਰ ਸੀਗੀ ਉਹਦੇ ਵਿੱਚ ਜਿਵੇਂ ਆਇਆ FIR ਨੰਬਰ ਵਗੈਰਾ ਆਇਆ ਹੋਇਆ, ਤਾਂ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਨਾ ਤੁਹਾਡੀ ਕੇਸ ਰਜਿਸਟਰ ਕਰਤੀ ਹੈ, ਕੰਪਲੇਂਟ ਰਜਿਸਟਰ ਕਰਤੀ। ਤੇ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਥੋੜ੍ਹੀ ਦੇਰ ਬਾਅਦ ਕਹਿੰਦੇ ਵੀ
ਅਸੀਂ ਨਾ ਇੱਕ ਸਾਡੇ RBI ਦੀ ਸੋਫਟਵੇਅਰ ਹੈਗਾ ਵੀ ਜੋ ਕਿ ਆਪਣੇ ਬੈਂਕ ਅਕਾਊਂਟਸ ਦੇ ਵਿੱਚੋਂ ਉਹਨਾਂ ਦੀ ਇੱਕ ਕੋਡਿੰਗ ਲੈਂਗੁਏਜ ਹੈਗੀ ਆ ਵੀ ਉਹ ਜੇ ਕੋਡਿੰਗ ਲੈਂਗੁਏਜ ਆਪਾਂ ਪਾਉਂਦੇ ਹਾਂ ਤਾਂ ਫਿਰ ਉਹ ਆਪਣਾ ਸਾਰਾ ਜੋ ਵੀ ਆਪਣੀ ਬੈਂਕ ਅਕਾਊਂਟਸ ਕੋਈ ਇਲੀਗਲੀ ਯੂਜ਼ ਤਾਂ ਨਹੀਂ ਕਰ ਰਿਹਾ ਹੈਗਾ ਵੀ ਉਹਦੇ ਵਿੱਚੋਂ ਗੋ ਥਰੂ ਹੋ ਜਾਂਦਾ ਹੁੰਦਾ। ਅਤੇ ਮੈਂ ਕਿਹਾ ਅੱਛਾ ਠੀਕ ਹੈ, ਪਹਿਲਾਂ ਤਾਂ ਮੈਂ ਕਿਹਾ ਵੀ ਕੋਡਿੰਗ ਉਹਨਾਂ ਨੇ ਵੀ ਟ੍ਰਾਂਸਫਰ ਕਰਨੀ ਹੋਣੀ ਆ ਵੀ ਕੋਈ ਕੋਈ ਕੋਡ ਪਾਉਣਾ ਹੋਊਗਾ ਆਪਾਂ ਨੂੰ, ਤਾਂ ਕਿਉਂਕਿ ਪਹਿਲਾਂ ਵੈਲਿਊ ਦਾ ਪਤਾ ਨਹੀਂ ਸੀਗਾ ਕੀ ਕਰਨਾ ਉਹਨਾਂ ਨੇ ਕੀ ਕਰਾਉਣਾ। ਫਿਰ ਉਹਨਾਂ ਨੇ ਮੈਨੂੰ ਇੱਕ ਹੋਰ ਲੈਟਰ ਭੇਜੀ ਵੀ ਜਿਹਦੇ ਵਿੱਚ ਲਿਖਿਆ ਹੋਇਆ ਸੀ RBI ਵੱਲੋਂ ਵੀ ਇੱਕ ਇਹ ਕੋਡਿੰਗ ਲੈਂਗੁਏਜ ਹੈਗੀ ਆ ਸਾਡੀ ਵੀ ਜੋ ਕਿ ਤੁਸੀਂ ਟ੍ਰਾਂਸਫਰ ਕਰੋਗੇ ਸਾਡੇ ਉਸ ਸੋਫਟਵੇਅਰ ਦੇ ਵਿੱਚ ਜੋ ਕਿ ਆਪਣੇ ਅਕਾਊਂਟ ਦੇ ਵਿੱਚੋਂ ਇਲੀਗਲ ਟ੍ਰਾਂਜੈਕਸ਼ਨਸ ਦੇ ਲਈ ਗੋ ਥਰੂ ਹੋ ਜਾਂਦਾ ਹੁੰਦਾ ਆ। ਤੇ ਫਿਰ ਮੈਂ ਕਿਹਾ ਵੀ ਫਿਰ ਉਹਨਾਂ ਨੇ ਅਮਾਊਂਟ ਦੱਸੀ, ਉਹਦੇ ਵਿੱਚ ਅਮਾਊਂਟ ਲਿਖੀ ਹੋਈ ਸੀ 32,965 ਦੀ। ਮੈਂ ਕਿਹਾ ਅਮਾਊਂਟ ਬਹੁਤ ਵੱਡੀ ਹੈਗੀ ਵੀ ਮੈਂ ਇੱਦਾਂ ਨਹੀਂ ਕਰ ਸਕਦਾ ਹੈਗਾ ਵੀ ਉਹ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜਾ ਇਹ ਸੋਫਟਵੇਅਰ ਦੇ ਵਿੱਚ ਤੁਸੀਂ ਟ੍ਰਾਂਸਫਰ ਕਰੋਗੇ ਇਹ ਨਾ ਵੀ ਗੋ ਥਰੂ ਹੋ ਕੇ ਅਕਾਊਂਟ ਦੇ ਵਿੱਚੋਂ ਤੁਹਾਡੇ ਇਹ ਤੁਹਾਨੂੰ ਟ੍ਰਾਂਸਫਰ ਬੈਕ ਕਰ ਦੂਗਾ, ਰਿਟਰਨ ਕਰ ਦੂਗਾ ਤੁਹਾਡੇ ਅਕਾਊਂਟ ਦੇ ਵਿੱਚ, ਤੁਹਾਨੂੰ ਮਨੀ ਰਿਟਰਨ ਆ ਜਾਣਗੇ ਤੁਹਾਡੇ। ਮੈਂ ਕਿਹਾ ਚਲੋ ਠੀਕ ਹੈ। ਤੇ ਫਿਰ ਮੈਂ ਆਪਣਾ ਇੰਨਾ ਫਿਰ PNB ਬੈਂਕ ਦੇ ਵਿੱਚ ਮੈਂ ਆਪਣੀ ਐਪ ਦੇ ਵਿੱਚ ਬੈਨੀਫਿਸ਼ਰੀ ID ਉਹਨਾਂ ਦੀ ਐਡ ਕੀਤੀ, ਤਾਂ ਫਿਰ ਜਦੋਂ ਐਡ ਕੀਤਾ ਤਾਂ ਫਿਰ ਉੱਥੇ ਨਾਮ ਸ਼ੋ ਹੋ ਰਿਹਾ ਸੀ ਸ਼੍ਰੀ ਗਣੇਸ਼ ਐਂਟਰਪ੍ਰਾਈਜ਼। ਤਾਂ ਫਿਰ ਮੈਂ ਕਿਹਾ ਵੀ ਕਨਫਰਮ ਕੀਤਾ ਮੈਂ ਉਹਨਾਂ ਨੂੰ, ਮੈਂ ਕਿਹਾ ਇਹ ਤਾਂ ਕਿਸੇ ਹੋਰ ਨਾਮ ਵੀ ਕੋਈ ਹੋਰ ਨਾਮ ਆ ਰਿਹਾ ਵੀ ਇਹ ਤਾਂ ਤੁਹਾਡਾ ਨਾਮ ਨਹੀਂ ਆ ਰਿਹਾ। ਕਹਿੰਦੇ ਹਾਂਜੀ ਇਹ ਸਾਡੇ ਸੋਫਟਵੇਅਰ ਦਾ ਨੇਮ ਹੈਗਾ ਆ। ਤਾਂ ਫਿਰ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਵੀ ਟ੍ਰਾਂਸਫਰ ਕਰ ਦਿਓ, ਤੁਸੀਂ ਵੀ ਇਹ ਤੁਹਾਨੂੰ ਨਾਲ ਦੀ ਨਾਲ ਜਦੋਂ 1-2 ਮਿੰਟ ਦੇ ਵਿੱਚ ਤੁਹਾਨੂੰ ਬੈਕ ਆ ਜਾਣਗੇ ਤੁਹਾਡੇ ਪੈਸੇ। ਤੇ ਫਿਰ ਜਦੋਂ ਮੈਂ ਪਹਿਲਾਂ ਤਾਂ ਹੋਇਆ ਨਹੀਂ, ਡਿਕਲਾਈਨ ਆ ਗਿਆ ਕਿਉਂਕਿ ਬੈਨੀਫਿਸ਼ਰੀ ID ਬਣੀ ਸੀ ਤਾਂ ਇੱਕਦਮ ਤਾਂ ਟ੍ਰਾਂਸਫਰ ਹੁੰਦੇ ਨਹੀਂ ਹੁੰਦੇ। ਫਿਰ ਉਹਨਾਂ ਨੇ ਦੁਬਾਰਾ ਮੇਰੇ ਤੋਂ ਕਨਫਰਮ ਕੀਤਾ, ਕਹਿੰਦੇ ਵੀ ਤੁਹਾਡਾ ਵੀ ਬੈਲੈਂਸ ਡਿਡਕਟ ਨਹੀਂ ਹੋਇਆ ਲੱਗਦਾ ਵੀ ਸਾਨੂੰ ਹਾਲੇ ਮੈਸੇਜ ਵੀ ਸਾਡੇ ਸੋਫਟਵੇਅਰ 'ਚ ਪਹੁੰਚੇ ਨਹੀਂ। ਫਿਰ ਉਹਨਾਂ ਨੇ ਮੇਰੇ ਤੋਂ ਸਕਰੀਨਸ਼ੋਟ ਮੰਗਵਾਇਆ, ਸਕਰੀਨਸ਼ੋਟ ਦੇ ਵਿੱਚ ਫਿਰ ਉਹਨਾਂ ਨੇ ਦੇਖਿਆ ਵੀ ਹਾਂ ਬੈਲੈਂਸ ਤੁਹਾਡੇ ਕੋਲ ਹੈਗਾ ਆ ਹਾਲੇ। ਮੈਂ ਕਿਹਾ ਹਾਂਜੀ ਮੇਰੇ ਕੋਲ ਬੈਲੈਂਸ ਡਿਡਕਟ ਨਹੀਂ ਹੋਇਆ ਵੀ ਹਾਲੇ ਇਹ ਸ਼ੋਅ ਹੋ ਰਿਹਾ ਵੀ ਮੈਨੂੰ ਹੈਗਾ ਬੈਲੈਂਸ। ਕਹਿੰਦੇ ਤੁਸੀਂ ਨਾ ਦੁਬਾਰਾ ਟਰਾਈ ਕਰੋ। ਫਿਰ ਜਦੋਂ ਦੁਬਾਰਾ ਟਰਾਈ ਕੀਤਾ ਫਿਰ ਮੈਂ ਉਹਨਾਂ ਨੂੰ ਦੁਬਾਰਾ ਕਨਫਰਮ ਕੀਤਾ, ਮੈਂ ਕਿਹਾ ਵੀ ਇਹ ਤਾਂ ਕਿਸੇ ਹੋਰ ਨਾਮ ਦਾ ਵੀ ਮੈਂ ਇੱਦਾਂ ਵੀ ਕਹਿੰਦੇ ਨਹੀਂ ਤੁਸੀਂ ਕਰ ਦਿਓ ਵੀ ਸਾਡੇ ਸੋਫਟਵੇਅਰ ਦਾ ਹੀ ਹੈਗਾ ਵੀ ਤੁਹਾਨੂੰ ਰਿਟਰਨ ਆ ਜਾਣਗੇ। ਤੇ ਜਦੋਂ ਮੈਂ ਉਹ ਅਮਾਊਂਟ ਟ੍ਰਾਂਸਫਰ ਕੀਤੀ ਤਾਂ ਫਿਰ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ 2 ਮਿੰਟ ਦੇ ਲਈ ਕਾਲ ਹੋਲਡ 'ਤੇ ਰੱਖ ਰਹੇ ਹਾਂ। ਤਾਂ ਫਿਰ ਜਿੱਦਾਂ ਸੋਫਟਵੇਅਰ ਗੋ ਥਰੂ ਹੋ ਜਾਂਦਾ ਨਾਲ ਦੀ ਨਾਲ ਤੁਹਾਨੂੰ ਅਸੀਂ ਰਿਵਰਟ ਕਰਦੇ ਹਾਂ ਅਤੇ ਨਾਲੇ ਤੁਹਾਡੇ ਪੈਸੇ ਵੀ ਤੁਹਾਨੂੰ ਅਕਾਊਂਟ 'ਤੇ ਰਿਟਰਨ ਆ ਜਾਣਗੇ। ਅਤੇ ਫਿਰ ਉਹਨਾਂ ਨੇ ਹੋਲਡ 'ਤੇ ਰੱਖ ਗਿਆ। ਫਿਰ ਹੋਲਡ 'ਤੇ ਰੱਖਣ ਤੋਂ ਬਾਅਦ ਜਦੋਂ ਟ੍ਰਾਂਸਫਰ ਹੋ ਗਏ, ਮਨੀ ਸਕਸੈਸਫੁਲ ਉੱਧਰ ਹੋ ਗਈ ਟ੍ਰਾਂਜੈਕਸ਼ਨ, ਤਾਂ ਫਿਰ ਨਾਲ ਦੀ ਨਾਲ ਉਹਨਾਂ ਨੇ ਕਾਲ ਡਿਸਕਨੈਕਟ ਕਰਤੀ। ਜੋ ਕਾਲ ਡਿਸਕਨੈਕਟ ਕਰਤੀ ਫਿਰ ਮੈਂ 1-2 ਮਿੰਟ ਵੇਟ ਕੀਤੀ, ਤਾਂ ਫਿਰ ਜਦੋਂ ਕੋਈ ਉਹਨਾਂ ਦਾ ਰਿਪਲਾਈ ਨਹੀਂ ਆਇਆ ਤਾਂ ਫਿਰ ਮੈਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਵੀ ਕਾਲ ਦੁਬਾਰਾ ਕਰਾਂ ਉਹਨਾਂ ਨੂੰ। ਜਿਹੜੀ ਮੈਨੂੰ ਸਕਾਈਪ 'ਤੇ ਕਾਲ ਆਈ ਸੀ ਤਾਂ ਮੈਂ ਉਹਦੇ 'ਤੇ ਵੀ ਟਰਾਈ ਕਰੀ ਗਿਆ, ਕਿਸੇ ਨੇ ਰਿਸਪੋਂਡ ਨਹੀਂ ਕੀਤਾ। ਅਤੇ ਫਿਰ ਜਿਹੜੇ ਪਹਿਲਾਂ ਨੰਬਰ ਤੋਂ ਕਾਲ ਆਈ ਹੋਈ ਸੀਗੀ ਮੈਂ ਉਸ 'ਤੇ ਵੀ ਕਾਲ ਕੀਤੀ, ਤਾਂ ਫਿਰ ਉਹ ਵੀ ਕੋਈ ਪਿੱਕ ਨਹੀਂ ਕਰ ਰਿਹਾ ਸੀ, ਰੋਂਗ ਨੰਬਰ ਸ਼ੋ ਹੋ ਰਿਹਾ ਸੀਗਾ। ਫਿਰ ਤਾਂ ਫਿਰ ਪੁਲਿਸ ਕੋਲ ਗਏ। ਹਾਂਜੀ ਮੈਂ ਫਿਰ ਉਸ ਤੋਂ ਬਾਅਦ ਕਾਫੀ ਘਬਰਾ ਗਿਆ ਸੀ, ਫਿਰ ਮੈਂ ਕ੍ਰਾਈਮ ਬ੍ਰਾਂਚ ਦੇ ਵਿੱਚ ਗਿਆ। ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਨਾਲ ਇਦਾਂ ਕਾਲ ਆਈ ਸੀਗੀ, ਤੇ ਫਿਰ ਉਹਨਾਂ ਨੇ ਮੈਨੂੰ ਮੇਰੇ ਤੋਂ ਮਨੀ ਵੀ ਟ੍ਰਾਂਸਫਰ ਕਰਵਾ ਲਏ ਨੇ ਵੀ ਇਦਾਂ ਬੋਲ ਕੇ ਵੀ ਅਸੀਂ ਵੀ ਕ੍ਰਾਈਮ ਬ੍ਰਾਂਚ ਦੇ ਵਿੱਚ ਕਾਲ ਤੁਹਾਡੀ ਕਰ ਰਹੇ ਹਾਂ। ਤੇ ਫਿਰ ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਸਾਰੀ ਡਿਟੇਲਸ ਵਗੈਰਾ ਲੈ ਲਈਆਂ ਤੇ ਅਕਾਊਂਟ ਨੰਬਰ ਵਗੈਰਾ ਜਿਸ 'ਚ ਟ੍ਰਾਂਸਫਰ ਹੋਏ ਨੇ, ਫਿਰ ਉਹਨਾਂ ਨੇ ਕਾਲ ਆਪਣਾ ਉਹਨਾਂ ਨੇ ਕਿਹਾ ਵੀ ਹਾਂਜੀ ਅਸੀਂ ਟ੍ਰਾਂਸਫਰ ਵੀ ਆਪਣਾ ਲੌਗਇਨ ਕਰਤੀ ਤੁਹਾਡੀ ਕੰਪਲੇਂਟ, ਤੇ ਫਿਰ ਅਸੀਂ ਇਹਦੇ ਤੋਂ ਗੋ ਥਰੂ ਹੁੰਦੇ ਹਾਂ, ਬਟ ਥੋੜ੍ਹਾ ਸਲੋ ਚੱਲ ਰਹੇ ਨੇ। ਮੈਂ ਕਹਿੰਦਾ ਵੀ ਹਾਲੇ ਤੱਕ ਕੋਈ ਰਿਸਪੋਂਡ ਨਹੀਂ ਆਇਆ ਹੈਗਾ, ਵੀ ਬਸ ਕੰਪਲੇਂਟ ਰਜਿਸਟਰਡ ਦਾ ਹੀ ਮੈਸੇਜ ਆਇਆ ਹੋਇਆ ਮੈਨੂੰ, ਤੇ ਜਿਹਦੇ ਕਰਕੇ ਇਸ ਚੀਜ਼ ਦਾ ਹੈਗਾ ਵੀ ਵੀ ਟ੍ਰਾਂਸਫਰ ਅਮਾਊਂਟ ਵੀ ਟ੍ਰਾਂਸਫਰ ਹੋ ਗਈ, ਤੇ ਫਿਰ ਆਪਣਾ 32,965 ਰੁਪਏ ਜਿਹੜੇ ਟ੍ਰਾਂਸਫਰ ਕੀਤੇ ਗਏ ਇਹਨਾਂ ਦੇ ਵੱਲੋਂ। ਇਹਨਾਂ ਨੇ ਕੰਪਲੇਂਟ ਰਜਿਸਟਰ ਕਰਾਤੀ ਹੈ ਪਰ ਕਹਿੰਦੇ ਨੇ ਕਿ ਕੰਮ ਬਹੁਤ ਸਲੋ ਹੋ ਰਿਹਾ। ਪਰ ਤੁਹਾਨੂੰ ਸ਼ਾਇਦ ਯਾਦ ਹੋਵੇ ਇੱਕ NRI ਆਇਆ ਸੀ ਗੋਰਾ, ਉਹਦਾ ਫੋਨ ਚੋਰੀ ਹੋ ਗਿਆ ਸੀ। ਉਹ ਅਗਲੇ ਦਿਨ ਹੀ ਜਿਹੜਾ ਲੁਧਿਆਣੇ ਦੀ ਪੁਲਿਸ ਦੇ ਵੱਲੋਂ ਵਾਪਸ ਲਿਆ ਕੇ ਉਹਨੂੰ ਦੇ ਦਿੱਤਾ ਗਿਆ ਕਿਤੇ ਨਾ ਕਿਤੋਂ ਲੱਭ ਕੇ, ਜਿੱਥੋਂ ਵੀ ਉਹਨਾਂ ਨੇ ਕੀਤਾ। ਤੁਹਾਨੂੰ ਲੱਗਦਾ ਕਿ ਤੁਹਾਡਾ ਵੀ ਕੰਮ ਛੇਤੀ ਹੋ ਜਾਏਗਾ? ਵੈਸੇ ਜੇ ਉਮੀਦ ਤਾਂ ਹੈਗੀ ਆ ਵੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇੱਦਾਂ ਕੋਈ NRI ਦਾ ਫੋਨ ਉਹਨਾਂ ਨੂੰ ਅਗਲੇ ਦਿਨ ਮਿਲ ਗਿਆ ਸੀ, ਚਲੋ ਪਰ ਆਪਾਂ ਅਗਲੇ ਦਿਨ ਤਾਂ ਨਹੀਂ ਕਹਿ ਸਕਦੇ, ਬਟ ਹਲੇ ਕਾਫੀ ਦਿਨ ਹੋ ਗਏ ਨੇ ਤੇ ਫਿਰ ਉਸ ਚੀਜ਼ ਬਾਰੇ ਕੋਈ ਅਪਡੇਟ ਨਹੀਂ ਹੈਗੀ ਕ੍ਰਾਈਮ ਬ੍ਰਾਂਚ ਵੱਲੋਂ। ਤੇ ਫਿਰ ਮੈਂ ਉਮੀਦ ਤਾਂ ਇਹੀ ਕਰੂੰਗਾ ਵੀ
जल्दी तो जल्दी रिकवरी होवे अकाउंट जो भी अकाउंट दी मनी सीगी, क्योंकि अमाउंट तां चलो आपां कहने वे इन्नी वड्डी नहीं सीगी, बट उम्मीदां बहुत हुंदियां ने उन्नी अमाउंट दे नाल ही कोई काफी कम हुंदे ने कि किसे दी मतलब, ਘਰ ਦਾ ਸਮਾਨ हाँ ਲੈਣਾ जी ਹੁੰਦਾ। कोई घर का समान लेना ਹੁੰਦਾ या मतलब काफी अजकल तो बंदा EMIs ਦੇ ਵਿੱਚ ਰਹਿੰਦਾ ਹੈ, ਤਾਂ ਫਿਰ ਮੇਰੀ ਐਕਚੁਅਲੀ EMIs ਜਾਣੀ ਸੀ ਤੇ ਹਲੇ ਮਨੀ ਤਾਂ ਕਰਕੇ ਫਿਰ ਅਕਾਊਂਟ ਦੇ ਵਿੱਚ ਸੀਗੇ, ਤੇ ਫਿਰ ਮੈਂ ਉਮੀਦ ਨਾਲੇ ਪੰਜਾਬ ਸਰਕਾਰ ਨੂੰ ਇਹੀ ਗੁਜ਼ਾਰਿਸ਼ ਆ, ਪੰਜਾਬ ਸਰਕਾਰ ਨੂੰ ਕਿ ਹਰ ਇੱਕ ਸਰਕਾਰ ਨੂੰ ਇਹੀ ਗੁਜ਼ਾਰਿਸ਼ ਆ ਵੀ ਅੱਜ ਕੱਲ ਜਿਹੜੇ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਜਿਹੜੇ ਹੁਣ ਵੀ ਇਦਾਂ ਸਕੈਮ ਹੋਣ ਲੱਗ ਗਏ ਨੇ, ਵੀ ਇਸ ਚੀਜ਼ਾਂ ਬਾਰੇ ਗੌਰ ਕੀਤਾ ਜਾਵੇ ਵੀ ਜਿਹੜੇ ਆਪਣੇ ਇਹਨਾਂ ਆਪਣੇ ਗਵਰਨਮੈਂਟ ਦੇ ਲੀਗਲ ਲੋਗੋਸ ਹੈਗੇ ਨੇ ਜਾਂ ਲੀਗਲ ਸਾਈਨਸ ਸਟੈਂਪਿੰਗ ਹੈਗੀ ਆ, ਇਹਨਾਂ ਨੂੰ ਥੋੜਾ ਕੰਟਰੋਲ 'ਚ ਕਰਿਆ ਜਾਵੇ ਵੀ ਇਲੀਗਲੀ ਕੋਈ ਇਦਾਂ ਯੂਜ਼ ਨਹੀਂ ਕਰ ਸਕਦਾ, ਵੀ ਇਸ ਚੀਜ਼ ਬਾਰੇ ਗਵਰਨਮੈਂਟ ਥੋੜਾ ਗੌਰ ਕਰੇ। ਸੋ ਤੁਸੀਂ ਦੇਖਿਆ ਕਿ ਕਿਵੇਂ ਬੰਦੇ ਨੂੰ ਡਰਾਇਆ ਗਿਆ ਕਿ ਉਹ ਮਜਬੂਰ ਹੋ ਜਾਵੇ ਕਿ ਮੇਰਾ ਨਾਮ ਨਾ ਆ ਜਾਵੇ ਕਿਤੇ ਤਾਂ ਮੈਂ ਪੈਸੇ ਟ੍ਰਾਂਸਫਰ ਕਰ ਦਵਾਂ। ਉਹੀ ਹੋਇਆ ਇਹਨਾਂ ਦੇ ਨਾਲ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ, ਕੋਈ ਹੋਰ ਇਹਨਾਂ ਵਾਂਗੂ ਨਾ ਫਸ ਜਾਵੇ ਉਹਨਾਂ ਦੇ ਟ੍ਰੈਪ ਦੇ ਵਿੱਚ ਅਤੇ ਪੈਸੇ ਟ੍ਰਾਂਸਫਰ ਨਾ ਕਰ ਦੇਵੇ। ਬਣ ਰਹੋ ਸਾਡੇ ਨਾਲ, ਮੈਨੂੰ ਦਿਓ ਇਜਾਜ਼ਤ। ਧੰਨਵਾਦ।